ਫਿਰੋਜ਼ਪੁਰ ਦਾ ਸਿੰਘਮ SHO ਇੱਕ ਵਾਰ ਫਿਰ ਸੁਰਖੀਆਂ ਵਿੱਚ ਫਿਲਮੀ ਸਟਾਈਲ ਵਿੱਚ ਇਸ ਵਾਰ ਫੜੇ ਇਕੱਠੇ 6 ਨਸ਼ਾ ਤਸਕਰ। ਫਿਰੋਜ਼ਪੁਰ ਦੇ ਥਾਣਾ ਸਿਟੀ ਦੇ SHO ਮੋਹਿਤ ਤਵਨ ਵੱਲੋਂ ਕੁਝ ਮਹੀਨੇ ਪਹਿਲਾਂ ਫਿਲਮੀ ਸਟਾਈਲ ਵਿੱਚ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਹ ਕੁਝ ਦਿਨ ਲਗਾਤਾਰ ਸੁਰਖੀਆਂ ਵਿੱਚ ਰਹੇ ਸਨ। ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ SHO ਮੋਹਿਤ ਤਵਨ ਫਿਲਮੀ ਸਟਾਈਲ ਵਿੱਚ ਨਜ਼ਰ ਆਏ ਹਨ। ਦਰਅਸਲ ਅੱਜ ਫਿਰੋਜ਼ਪੁਰ ਦੇ ਮੱਲੇਵਾਲ ਰੋਡ ਤੇ ਜਦ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਕੁਝ ਕਾਰ ਸਵਾਰਾਂ ਨੇ ਪੁਲਿਸ ਨੂੰ ਦੇਖ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਸ਼ੱਕ ਹੋਣ ਤੇ ਜਦ ਪੁਲਿਸ ਨੇ ਆਪਣੀ ਗੱਡੀ ਮੋੜੀ ਤਾਂ ਕਾਰ ਸਵਾਰ ਇੰਨਾ ਘਬਰਾ ਗਏ ਕਿ ਉਹਨਾਂ ਨੇ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਵਿੱਚ ਦੀ ਆਪਣੀ ਗੱਡੀ ਭਜਾ ਲਈ, ਜਿਨ੍ਹਾਂ ਦਾ ਪਿੱਛਾ ਕਰਦਿਆਂ SHO ਮੋਹਿਤ ਤਵਨ ਦੇ ਹੱਥ ਤੇ ਸੱਟ ਵੀ ਲੱਗ ਗਈ, ਪਰ SHO ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ ਦੱਸਿਆ ਅਤੇ ਫਿਰੋਜ਼ਪੁਰ ਦੀ ਇਹ ਮੋਦੀ ਮਿਲ ਦੇ ਨਜ਼ਦੀਕ ਜਾ ਕੇ ਸਵਿਫਟ ਕਾਰ ਵਿੱਚ ਸਵਾਰ 6 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਹੈ ਕਿ ਇਹ ਨਸ਼ਾ ਤਸਕਰ ਗੁਰੂ ਹਰ ਸਹਾਏ ਦੇ ਰਹਿਣ ਵਾਲੇ ਹਨ, ਜਿਨ੍ਹਾਂ ਵਿੱਚੋਂ 2 ਲੋਕਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਜਿਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਵੀ ਪੁੱਛਗਿੱਛ ਜਾਰੀ ਹੈ। ਮਾਨਯੋਗ SSP ਫਿਰੋਜ਼ਪੁਰ ਕਵਰਦੀਪ ਕੌਰ ਮੈਮ ਵੱਲੋਂ ਸਖਤ ਨਿਰਦੇਸ਼ ਹੈਗੇ ਕਿ ਸਟਰੋਂਗ ਨਾਕਾਬੰਦੀ ਕੀਤੀ ਜਾਏ ਤੇ ਜਿੰਨੀਆਂ ਵੀ ਗੱਡੀਆਂ ਸਕੀ ਹੈਗੀਆਂ ਉਹਦੀ ਚੈਕਿੰਗ ਕੀਤੀ ਜਾਏ। ਇਸ ਸਿਲਸਿਲੇ ਵਿੱਚ SHO ਮੋਹਿਤ ਤਵਨ ਜੀ ਅੱਜ ਸਿਟੀ ਏਰੀਆ ਵਿੱਚ ਪੈਟਰੋਲਿੰਗ ਕਰ ਰਹੇ ਸੀ ਤੇ ਮਾਲਵਾਲ ਰੋਡ ਤੇ ਇੱਕ ਚਿੱਟੇ ਰੰਗ ਦੀ ਸਵਿਫਟ ਗੱਡੀ ਸੀਗੀ, ਜਿਸ ਦਾ ਨੰਬਰ ਦਿੱਲੀ ਦਾ ਸੀ, ਨੰਬਰ ਹੈਗਾ DL 3CBS 8460। ਇਸ ਵਿੱਚ 6 ਸਕੀ ਪੁਰਸ਼ ਸੀਗੇ। ਉਹਨੂੰ ਰੋਕਣੇ ਦਾ ਇਸ਼ਾਰਾ ਕੀਤਾ ਗਿਆ, ਉਹ ਨਹੀਂ ਰੁਕੇ ਤੇ ਉਹਨਾਂ ਨੇ ਗੱਡੀ ਭਜਾ ਲਈ ਤੇ ਇੱਕ ਹੌਟ ਚੇਜ਼ ਹੋਇਆ। SHO ਸਾਹਿਬ ਨੇ ਆਪਣੀ ਗੱਡੀ ਰਾਹੀਂ ਉਹਨੂੰ ਚੇਜ਼ ਕੀਤਾ ਤੇ ਉਹਨੂੰ ਫੜਿਆ ਨੇੜੇ ਮੋਦੀ ਮਿਲ। ਫੜਨ ਤੋਂ ਬਾਅਦ 'ਚ ਇਹ ਪਾਇਆ ਗਿਆ ਕਿ ਰਿਕਵਰੀ ਹੋਈ ਇੱਕ ਪਿਸਟਲ ਤੇ 2 ਬੁਲੇਟਸ ਦੀ ਤੇ ਉਸ ਦੇ ਨਾਲ 100 ਗ੍ਰਾਮ ਹੀਰੋਇਨ ਦੀ ਵੀ ਰਿਕਵਰੀ ਹੋਈ ਹੈ। 6 ਜਣੇ ਹੈ, ਇਸ ਵਿੱਚ 2 ਜਣੇ ਲਵਪ੍ਰੀਤ ਤੇ ਸਾਗਰ ਤੇ ਪਹਿਲਾਂ ਤੋਂ ਵੀ ਵੱਖ-ਵੱਖ ਹੀਨੀਅਸ ਧਾਰਾਵਾਂ ਵਿੱਚ ਪਰਚੇ ਦਰਜ ਨੇ, ਜਿਵੇਂ ਕਿ STF ਵੱਲੋਂ ਵੀ NDPS ਦਾ ਪਰਚਾ ਸਾਗਰ ਤੇ ਲਵਪ੍ਰੀਤ ਦੋਨੋਂ ਤੇ ਦਰਜ ਹੈ। ਜਿਹੜਾ ਲਵਪ੍ਰੀਤ ਹੈ ਜੋ ਗੱਡੀ ਚਲਾ ਰਿਹਾ ਸੀ, ਉਸ ਤੇ ਪਹਿਲਾਂ ਟੋਟਲ 3 ਪਰਚੇ ਦਰਜ ਨੇ, 307 ਜਿਹੜਾ ਕਿ ਜੋ ਕਿ ਅਟੈਂਪਟ ਤੇ ਮਰਡਰ ਹੁੰਦਾ ਹੈ ਤੇ NDPS ਤੇ ਆਰਮਸ ਐਕਟ ਦਾ ਪਰਚਾ ਹੈਗਾ ਲਵਪ੍ਰੀਤ ਦੇ ਉੱਪਰ। ਜਿਹੜਾ ਸਾਗਰ ਹੈ ਉਸ ਦੇ ਉੱਪਰ 4 ਪਰਚੇ ਨੇ, ਇਹ ਵੀ ਵੱਖ-ਵੱਖ ਹੀਨੀਅਸ ਧਾਰਾਵਾਂ ਵਿੱਚ ਹੈ, NDPS ਤੇ ਆਰਮਸ ਐਕਟ ਦਾ ਪਰਚਾ ਹੈ। मैं हूँ ये रिपीट करदा कि जोड़ा सागर तो लवप्रीत है STF वालों पहला भी इस परचा दिया गया है NDPS का। इस तो अलावा 4 जने सी मनप्रीत मंदीप सतनाम तो सन्नी, ये 6 जने गुरु हर सहाय दे रहने वाले हैं। इनकी पुछगिछ जारी है कि ये कितों ड्रग लेके आई सी, कितों सप्लाई कर रही सी, ये तफ्तीश का विषय है। गड्डी तो ही आई सी, आप CCTV चेक करा रहे कि रूट इन्होंने फॉलो किया सी। तो मानयोग SSP कवरदीप कौर मैम वालों सख्त निर्देश है कि इसकी बैकवर्ड ट्रेसिंग की जाए तो फॉरवर्ड लिंकेज देखा जाए। ये ड्रग किनू बेचते सी, ये ड्रग कितों खरीदते सी, ये तफ्तीश आप कर रहे हैं। आपू जल्दी रिजल्ट देवांगे जी। सर पुलिस इन्होंने फड़न की पीछे लगी हुई सी, काफ़ी तेज़ गड्डी भजा रही है। बिल्कुल जी, ये बड़ा अनफॉर्चुनेट है कि ये जोड़े है लवप्रीत जो गड्डी चला रहा सी, इनने इस बात का भी ध्यान नहीं रखा कि पुलिस तो बचन लई वो किसी राहगीर नू इंजर्ड कर देता, उन्हें मार देंदा गड्डी राही। तां ही इस विच जो सैक्शन लाया है वो 307 279 427 भी लाया है। अपार्ट फ्रॉम ज 25 आर्म्स एक्ट है पिस्टल ही ते 21 NDPS एक्ट जोड़ा है हीरोइन दे लिए। मैं ये बेनती करना चाहांगा कि जदों भी किसी गड्डी नू पुलिस रोकदी है, ਕਿਰਪਾ ਕਰਕੇ ਗੱਡੀ ਰੋਕਣ ਤੇ ਚੈੱਕ ਕਰਾਉਣ। ਜੇ ਕੋਈ ਸੱਚਾ ਬੰਦਾ ਹੈ ਉਹਨੂੰ ਡਰਨ ਦੀ ਬਿਲਕੁਲ ਲੋੜ ਨਹੀਂ ਹੈ, ਬਟ ਜਿਵੇਂ ਕਿ ਇਹ ਮਾੜੇ ਤੱਤ ਨੇ ਇੱਕ ਗੱਡੀ ਭਜਾਉਂਦੇ ਹੈ, ਉਸਕਾ ਤੁਸੀਂ ਹਸਰ ਵੇਖ ਰਹੇ ਹੋ ਗੱਡੀ ਦਾ ਕੀ ਹਾਲ ਹੈ। ਤੇ ਸਾਰੇ 6 ਜਣੇ ਹੁਣ ਸਾਡੀ ਹਿਰਾਸਤ 'ਚ ਹੈ ਤੇ ਆਪਾਂ ਬੈਕਵਰਡ ਤੇ ਫੋਰਵਰਡ ਲਿੰਕੇਜ ਕਰਕੇ ਇਸ ਦੇ ਮਾਸਟਰ ਪਿੰਨ ਨੂੰ ਹੋਰ ਫੜਨ ਦੀ ਕੋਸ਼ਿਸ਼ ਕਰਾਂਗੇ। ਸਰ ਇਹ ਕਿੱਥੋਂ ਦੇ ਰਹਿਣ ਵਾਲੇ ਸੀ? ਇਹ 6 ਜਣੇ ਗੁਰੂ ਹਰ ਸਾਹਿਬ ਦੇ ਰਹਿਣ ਵਾਲੇ ਹੈ ਜੀ। अगे सर मामले की जांच की जा रही है, एक मामले की जांच की जा रही है। फॉरवर्ड तो बैकवर्ड लिंकेज वेख्या जा रहा है, ये ड्रग कितों खरीद के लाते सी, इन्हें पिस्टल कितों लिया सी, ते ये ड्रग किनू बेचती सी, ते ये पिस्टल का की यूज़ करने वाले सी।